ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਡੈਡੀ ਦੀ ਹੱਤਿਆ ਲੈਣ ਦੀ ਕੋਸ਼ਿਸ਼ ਕੀਤੀ ਆ। ਤੇ ਕਾਰਨ ਕੀ ਸੀ? ਜਾਇਦਾਦ ਤੋਂ ਸ਼ਰਾਬ ਪੀਂਦਾ ਤੇ ਨਸ਼ੇ ਦੀਆਂ ਗੋਲੀਆਂ ਖਾਂਦਾ। ਇਨਸਾਫ ਚਾਹੀਦਾ ਵਾ। ਮੇਰੇ ਭਰਾ ਨੇ ਮੇਰੇ ਡੈਡੀ ਦੀ ਬਹੁਤ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਆ। ਕਿਹੜੀ ਥਾਂ? ਪੋੜੇਵਾਲ ਕੰਗ ਪਿੰਡ। ਕਾਰਨ ਸਿਰਫ ਜਾਇਦਾਦ ਤੋਂ। ਰਾਤ ਕਿਤੇ ਦਾਰੂ ਦੂਰੂ ਇਹਨਾਂ ਪੀਤੀ ਆਪਸ ਵਿੱਚ ਹੀ, ਤੇ ਮਗਰੋਂ ਇਹ ਝਗੜਕ ਪਏ ਵੀ ਘਰ ਦਾ ਥਾਂ ਵਾ 8 ਮਰਲੇ, ਤੇ ਉਹ ਕਹਿੰਦਾ ਮੈਨੂੰ ਅੱਧਾ ਦਿਓ, ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਹੈ, ਅਤੇ ਇਹਨਾਂ ਨੂੰ 2-2 ਮਰਲੇ ਜਗ੍ਹਾ ਆਉਂਦੀ ਆ, ਅਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਥਾਂ ਦਿਓ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪੁੱਤ ਨੇ ਆਪਣੇ ਪਿਓ 'ਤੇ ਜਾਨਲੇਵਾ ਹਮਲਾ ਕੀਤਾ। ਤੁਹਾਨੂੰ ਦੱਸਦੇ ਕਿ ਪੁੱਤ ਨੇ ਜਾਇਦਾਦ ਨੂੰ ਲੈ ਕੇ ਆਪਣੇ ਪਿਓ ਨੂੰ ਬੁਰੀ ਤਰ੍ਹਾਂ ਵੱਢਿਆ, ਅਤੇ ਵੱਢਣ ਤੋਂ ਬਾਅਦ ਪਿਓ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਜੁਗਰਾਜ ਸਿੰਘ ਦੇ ਕੋਲੋਂ 8 ਮਰਲੇ ਜ਼ਮੀਨ ਹੈ ਅਤੇ ਉਸਦੇ 6 ਬੱਚੇ ਹਨ, ਜਿਸ ਦੇ ਵਿੱਚ 4 ਧੀਆਂ ਅਤੇ 2 ਲੜਕੇ ਨੇ, ਅਤੇ ਆਪਣੀ ਅੱਧੀ ਜ਼ਮੀਨ ਆਪਣੀਆਂ ਧੀਆਂ ਨੂੰ ਦੇਣਾ ਚਾਹੁੰਦਾ, ਜਿਸ ਦੇ ਚੱਲਦੇ ਉਸਦੇ 1 ਲੜਕੇ ਦੇ ਵੱਲੋਂ ਉਸਦੇ ਜਾਨਲੇਵਾ ਹਮਲਾ ਕੀਤਾ। ਇਨਸਾਫ ਚਾਹੀਦਾ ਵਾ। ਮੇਰੇ ਭਰਾ ਨੇ ਮੇਰੇ ਡੈਡੀ ਦੀ ਬਹੁਤ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਆ। ਕਿਹੜੀ ਥਾਂ? ਪੋੜੇਵਾਲ ਕੰਗ ਪਿੰਡ। ਕਿੱਥੇ ਪੈਂਦਾ ਜੀ? ਮਜੀਠੇ ਏਰੀਏ 'ਚ। ਕਾਰਨ ਕੀ ਸੀ? ਕਾਰਨ ਸਿਰਫ ਜਾਇਦਾਦ ਤੋਂ। ਹਾਂਜੀ ਸਰ। ਅਸੀਂ 6 ਭੈਣ ਭਰਾ ਵਾਂ ਸਰ। ਪੁਲਿਸ ਕਾਰਵਾਈ ਕੀਤੀ, ਹਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਸਰ। ਪੁਲਿਸ ਵੱਲੋਂ ਕਿਹਾ ਗਿਆ ਕਿ ਪਰਚਾ ਡੈਡੀ ਦੇ ਬਿਆਨ ਲੈ ਚੁੱਕੇ ਆ, ਪਰ ਕੋਈ ਸੁਣਵਾਈ ਨਹੀਂ ਹੋਣ ਹੁੰਦੀ ਪਈ ਸਾਡੀ। ਮੰਗ ਹੀ ਕਰ ਰਹੇ ਸਰ? ਮੰਗ ਸਾਨੂੰ ਇਨਸਾਫ ਚਾਹੀਦਾ ਵਾ, ਅਸੀਂ ਸਜ਼ਾ ਕਰਾਉਣੀ ਬਸ। ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਡੈਡੀ ਦੀ ਹੱਤਿਆ ਲੈਣ ਦੀ ਕੋਸ਼ਿਸ਼ ਕੀਤੀ ਆ। ਕਿਹੜੇ ਇਲਾਕੇ ਦੇ ਰਹਿਣ ਵਾਲੇ? ਅਸੀਂ ਮਜੀਠੇ ਇਲਾਕੇ ਦੇ। ਪਿੰਡ ਕਿਹੜਾ? ਪਿੰਡ ਪੋੜੇਵਾਲ ਕੰਗ। ਤੇ ਕਾਰਨ ਕੀ ਸੀ? ਜਾਇਦਾਦ ਤੋਂ। ਜਾਇਦਾਦ? ਹਾਂਜੀ। ਕਿੰਨੇ ਭੈਣ ਭਰਾ ਨੇ? ਅਸੀਂ 6 ਭੈਣ ਭਰਾ ਵਾ, ਸਾਨੂੰ ਇਨਸਾਫ ਚਾਹੀਦਾ। ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹ ਕਿ ਦੁਬਾਰਾ ਹੈ? ਉਹ ਵਿਆਹਿਆ ਵਾ। ਕੋਈ ਨਸ਼ਾ ਨੁਸ਼ਾ ਕੀਤਾ ਸੀ? ਹਾਂਜੀ ਸਰ, ਸ਼ਰਾਬ ਪੀਂਦਾ ਗੋਲੀਆਂ ਖਾਂਦਾ ਨਸ਼ੇ ਦੀ। ਰਾਤ ਕਿਤੇ ਦਾਰੂ ਦੂਰੂ ਇਹਨਾਂ ਪੀਤੀ ਆਪਸ ਵਿੱਚ ਹੀ, ਤੇ ਮਗਰੋਂ ਇਹ ਝਗੜਕ ਪਏ ਵੀ ਘਰ ਦਾ ਥਾਂ ਵਾ 8 ਮਰਲੇ, ਅਤੇ ਉਹ ਕਹਿੰਦਾ ਮੈਨੂੰ ਅੱਧਾ ਦਿਓ, ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਹੈ, ਅਤੇ ਇਹਨਾਂ ਨੂੰ 2-2 ਮਰਲੇ ਜਗ੍ਹਾ ਆਉਂਦੀ ਆ, ਅਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਥਾਂ ਦਿਓ। ਅਤੇ 3 ਦੀ ਆਪਸ ਵਿੱਚ ਕੋਈ ਗੱਲਬਾਤ ਹੋ ਗਈ, ਅਤੇ ਇਹਦੇ ਪਤਾ ਨਹੀਂ ਕਿਵੇਂ ਕਿਤੇ ਦਾਰੂ ਜ਼ਿਆਦਾ ਪੀਤੀ ਸੀ, ਅਤੇ ਡਿੱਗ ਪਿਆ ਕਿਤੇ ਮੰਜੇ 'ਤੇ ਪਾਵੇ, ਅਤੇ ਡਿੱਗਾ ਕਿਤੇ ਸਿਰ ਵੱਜ ਗਿਆ, ਅਤੇ ਉਹ ਇਹਨਾਂ ਨੇ ਬਾਅਦ 'ਚ ਇੱਕ ਹੈਲਪਲਾਈਨ 'ਤੇ ਦਰਖਾਸਤ ਪਾ ਦਿੱਤੀ ਹੈ। ਅਤੇ ਜਿਹੜਾ ਮੁੰਡਾ ਵਾ ਆਪਣੇ ਜਤਿੰਦਰ ਸਿੰਘ ਗੋਲਡੀ ਦੇ ਨਾਲ ਹੀ ਆਪਣੇ ਇਹਦਾ ਹੋਇਆ ਝਗੜਾ, ਗੋਲਡੀ ਦਾ ਝਗੜਾ, ਅਤੇ ਗੋਲਡੀ ਤਾਂ ਮਿਲਿਆ ਨਹੀਂ। ਮੈਂ ਕਾਫੀ ਮਤਲਬ ਪਿੰਡ 'ਚੋਂ ਜਾ ਕੇ ਵੀ ਤਸਦੀਕ ਕੀਤਾ, ਲੇਕਿਨ ਇਹਦੀ ਬੈਕਗਰਾਊਂਡ ਬਹੁਤ ਹੀ ਮਤਲਬ ਘਟੀਆ ਦੱਸੀ ਹੈ। ਇਹ ਪੇਸ਼ੇ ਤੋਂ ਆਰਮੀ ਵਿੱਚ ਹੀ, ਆਰਮੀ 'ਚੋਂ ਰਿਟਾਇਰ ਆਇਆ, ਅਤੇ ਅੱਜ ਕੱਲ੍ਹ ਮਤਲਬ ਡਰਿੰਕ ਦਾ ਜ਼ਿਆਦਾ ਸ਼ੌਕੀਨ ਹੈ, ਅਤੇ ਜਿਹੜੇ ਇਹਦੇ ਸਾਡੇ ਕਈ ਮਾਮਲੇ ਸਾਡੇ ਕੋਲ ਇੱਥੇ ਪਹਿਲਾਂ ਵੀ ਆਏ ਨੇ, ਅਤੇ ਇਹ ਮੁਲਾਜ਼ਮਾਂ ਨੂੰ ਵੀ ਬਹੁਤ ਆਪਣੇ ਬੁਰਾ ਭਲਾ ਬੋਲਦਾ ਮਾੜਾ ਚੰਗਾ।